ਸੀਨੀਅਰ ਪੱਤਰਕਾਰ ਰਮਨਦੀਪ ਭੁੰਦੜ ਜੀ, ਗੁਰਜੀਤ ਸੰਧੂ ਜੀ, ਪ੍ਰੈਸ ਰਿਪੋਰਟਰ ਨਰਾਇਣ ਗਰਗ ਜੀ, ਪ੍ਰੈਸ ਰਿਪੋਰਟਰ ਰਣਜੀਤ ਗਰਗ ਹੈਪੀ ਜੀ, ਪ੍ਰੈਸ ਰਿਪੋਰਟਰ ਔਰ ਬਾਈ ਅਮਨਦੀਪ ਭੁੰਦੜ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਔਰ ਹੁਣ ਸਾਡੇ ਨੈਕਸਟ ਆਰਟਿਸਟ ਨੇ ਜਿਹੜੇ, ਉਹਨਾਂ ਨੂੰ ਮੈਂ ਮੰਚ 'ਤੇ ਸੱਦਾ ਦੇਊਂਗਾ। ਤੁਹਾਡੀਆਂ ਤਾੜੀਆਂ ਦੀ ਉਮੀਦ ਕਰਦਾ ਹੋਇਆ, ਇੱਕ ਜ਼ੋਰਦਾਰ ਤਾੜੀਆਂ ਤੁਸੀਂ ਵਜਾਉਣੀਆਂ ਮਿਊਜ਼ਿਕ ਦੀਆਂ ਧੁਨਾਂ ਦੇ ਵਿਚਕਾਰ, ਜਿਨ੍ਹਾਂ ਵੱਲੋਂ ਉੱਦਮ ਕਰਕੇ ਹਰ ਸਾਲ ਇਹ ਮੇਲਾ ਕਰਵਾਇਆ ਜਾਂਦਾ ਉਪਰਾਲਾ ਕਰਕੇ, ਔਰ ਬਹੁਤ ਵੱਡਾ ਜਿਨ੍ਹਾਂ ਦਾ ਸੰਗੀਤਕ ਖੇਤਰ ਦੇ ਵਿੱਚ ਨਾਮ ਵੀ ਹੈ। ਤਾੜੀਆਂ ਦੀ ਗੜਗੜਾਹਟ ਦੇ ਵਿੱਚ ਮਿਊਜ਼ਿਕ ਦੀਆਂ ਧੁਨਾਂ ਦੇ ਵਿਚਕਾਰ ਸਟੇਜ 'ਤੇ ਸੱਦਾ ਦੇਣ ਲੱਗਿਆਂ ਜਾਣਿਆ ਪਹਿਚਾਣਿਆ ਨਾਮ ਸਾਡੇ ਵੀਰ ਬਾਈ ਅਰਸ਼ਦੀਪ ਚੋਟੀਆਂ। ਜ਼ੋਰਦਾਰ ਤਾੜੀ ਮਾਰ ਦਿਓ ਜੀ, ਸ਼ੁਕਰੀਆ ਮਿਹਰਬਾਨੀ। ਮੇਰੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਮੁੱਖ ਮਹਿਮਾਨ ਡੀਐਸਪੀ ਸਾਹਿਬ ਸੰਜੀਵ ਗੋਇਲ ਜੀ, ਐਸਐਚਓ ਸਾਹਿਬ ਸੰਦੀਪ ਭਾਟੀ ਜੀ, ਬਾਈ ਨਿਰਮਲ ਮੱਲੜੀ ਜੀ, ਜੇਜੇਪੀ ਬਾਈ ਗੁਰਪਿਆਰ ਭੀਖੀ, ਮਲਕੀਤ ਡਿੱਕ, ਜੱਸੀ ਬਾਬਾ ਜੀ ਕਾਲਾ ਭੀਖੀ ਬਬਲੀ, ਬਾਈ ਕਾਲਾ ਭੁੰਦੜ ਜੀ, ਰਾਜ ਸਰਪੰਚ ਫੱਗੂ, ਬਾਈ ਗੁਰਪ੍ਰੀਤ, ਪੱਤਰਕਾਰਾਂ ਦੀ ਦੁਨੀਆ ਚੋਂ ਬਾਈ ਗੁਰਜੀਤ ਸਿੰਘ ਜੀ ਬਾਸੀ ਸਾਹਿਬ, ਹੋਰ ਵੀ ਬਾਬਾ ਜੀ, ਬਾਬਾ ਕਾਲਾ ਜੀ ਸਹਿਦੇ ਵਾਲਾ, ਇੱਕ ਜ਼ੋਰਦਾਰ ਤਾੜੀ ਮਾਰ ਦਿਓ ਜੀ ਸੰਤ ਮਹਾਤਮਾ ਦੇ ਨਾਂ ਤੇ। ਸਰਪੰਚ ਵੀ ਨੇ ਹੁਣ ਮੌਜੂਦ ਹੈ ਇਹ, ਬਾਈ ਦਰਸ਼ਨ ਘਾਰੂ ਜੀ, ਤੇ ਸਾਡੇ ਪਿੰਡ ਦੀ ਨਵੀਂ ਪੰਚਾਇਤ ਸਰਪੰਚ ਨਾਨਕ ਸਿੰਘ ਜੀ ਤੇ ਉਹਨਾਂ ਦੇ ਸਹੁਰੇ ਪਰਿਵਾਰ ਬਾਈ ਜੈ ਫੱਗੂ ਜੀ, ਇੱਕ ਜ਼ੋਰਦਾਰ ਤਾੜੀ ਮਾਰ ਦਿਓ ਜੀ। ਸਾਡੇ ਨਰਾਇਣ ਜੀ, ਹੈਪੀ ਜੀ, ਪੱਤਰਕਾਰ ਵੀਰ ਬੈਠੇ ਨੇ, ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ। ਜੇ ਕਿਸੇ ਸੱਜਣ ਦਾ ਨਾਂ ਰਹਿ ਗਿਆ, ਜਸਵੀਰ ਸਿੰਘ ਜੀ ਬਲ ਸਿੰਘ ਵਾਲਾ, ਬਾਈ ਬਲਵਿੰਦਰ ਬੀਜੇਪੀ, ਤੇ ਹੌਲੀ ਹੌਲੀ ਮੈਂ ਸਾਰਿਆਂ ਦਾ ਨਾਂ, ਟਾਈਮ ਬਹੁਤ ਘੱਟ ਹੈ ਕਿਉਂਕਿ ਮੇਰੇ ਗੁਰੂ ਜੀ ਜਨਾਬ ਲਾਭ ਹੀਰਾ ਜੀ ਬਿਲਕੁਲ ਤਿਆਰ ਬੈਠੇ ਨੇ, ਤੇ ਮੈਂ ਤਾਂ ਦੋ ਤਿੰਨ ਗਾਣੇ ਗਾਉਣੇ ਆ ਜੀ, ਤੇ ਅੱਜ ਗਾਊਂਗਾ ਇਕੱਲੇ ਹੀ। ਛੱਡ ਕੇ ਭੱਜ ਗਈ ਬਾਈ, ਤੇ ਇੱਕ ਜ਼ੋਰਦਾਰ ਤਾੜੀ ਮਾਰ ਦਿਓ। ਅੱਜ ਮੈਂ ਇੱਕ ਧੀ ਦਾ ਬਾਪ ਵੀ ਬਣ ਗਿਆ ਜੀ, ਧੀਆਂ ਦੇ ਨਾਂ ਤੇ ਤਾੜੀ ਮਾਰ ਦਿਓ, ਮੈਨੂੰ ਬੜੀ ਖੁਸ਼ੀ ਹੈ। ਸ਼ੁਕਰੀਆ ਮਿਹਰਬਾਨੀ, ਧੰਨਵਾਦ। ਲਓ ਪੇਸ਼ ਕਰਨ ਲੱਗਿਆ ਚੰਦ ਸ਼ਬਦ ਉਸ ਪਰਮਾਤਮਾ ਦੇ ਨਾਂ, ਉਸ ਤੋਂ ਬਾਅਦ ਜੋ ਅੱਜ ਤੱਕ ਮੈਂ ਗਾਇਆ ਲੋਕ ਤਾਂ ਤੁਹਾਡੇ ਰੂਬਰੂ ਕਰੂੰਗਾ। ਹਾਂਜੀ
ਦੁਨੀਆ ਚੋਂ ਮੇਰੇ ਬਹੁਤ ਇਸਤਕਾਰਯੋਗ ਬਾਈ ਬੀ ਐਸ ਭੱਟੀ ਜਸ਼ਨ ਮੀਤ, ਮੇਰਾ ਆਪਣਾ ਪਰਿਵਾਰ ਹੈ, ਬਾਈ ਜਸਵੰਤ ਪੱਪੂ ਜੀ, ਸੰਦੀਪ ਖਾਨ ਜੀ, ਹੋਰ ਵੀ ਬੜੇ ਅੱਛੇ ਸਿੰਗਰ ਜਿਨ੍ਹਾਂ ਨੇ ਇੱਥੇ ਹਾਜ਼ਰੀ ਲਵਾਈ ਹੈ ਜਾਂ ਲਵਾਉਣੀ ਹੈ। ਮੱਲੜੀ ਤੋਂ ਮੇਰਾ ਵੀਰ ਪ੍ਰਦੀਪ, ਸਾਡੇ ਵਕੀਲ ਸਾਹਿਬ ਜਿੰਨੇ ਵੀ ਵਕੀਲ, ਭੁਪਿੰਦਰ ਜੀ, ਨਵਨੀਤ ਜੀ, ਡੀ ਗਿੱਲ, ਹਰਮੀਤ ਜੱਸੀ, ਸਭ ਦਾ ਧੰਨਵਾਦ। ਅਤੇ ਸਾਡੇ ਬੰਜਲੀ ਯਾਰਾਂ ਦੀ ਇਹ ਵੀ ਨਾ ਗੁੱਸੇ ਹੋ ਜਾਣਾ, ਕੋਈ ਗੁੱਸਾ ਨਾ ਕਰਿਓ, ਜੇ ਕਿਸੇ ਦਾ ਨਾਂ ਰਹਿ ਗਿਆ ਮੈਨੂੰ 500 ਰੁਪਇਆ ਦੇ ਕੇ ਜਦੋਂ ਮਰਜ਼ੀ ਬੁਲਵਾ ਲਿਓ, ਠੀਕ ਹੈ? ਓਕੇ, ਥੈਂਕ ਯੂ, ਓਕੇ। ਪੁਲਿਸ ਮੁਲਾਜ਼ਮ ਮੇਰੇ ਵੀਰ, ਉਹਨਾਂ ਦਾ ਸਪੈਸ਼ਲ ਥੈਂਕਸ। ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਹਣੇ ਤੇ ਕੁੱਲੀ ਆਪਣੀ ਢਾਉਣ ਦਾ ਕੀ ਫਾਇਦਾ, ਉਹ ਸਾਧੂ ਹੋ ਕੇ ਜੇ ਮਨ ਨੂੰ ਸਾਧਿਆ ਨਾ ਤੇ ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ। ਮੇਰੇ ਬਹੁਤ ਹੀ ਸਤਿਕਾਰਯੋਗ ਬਾਈ ਬਲਵੀਰ ਮਾਧੋ, ਉਹਨਾਂ ਦਾ ਵੀ ਚੇਚੇ ਤੌਰ ਤੇ ਧੰਨਵਾਦ। ਬਾਈ ਬੁੱਗੀ ਭੰਮੇ ਬਲਵਿੰਦਰ ਜੀ, ਸਭ ਦਾ ਧੰਨਵਾਦ। ਅਮਰ ਖਿਆਲਾ ਜੀ ਮੇਰੇ ਮਿੱਤਰਾਂ ਦੀ ਦੁਨੀਆ ਚੋਂ, ਉਹਨਾਂ ਦੇ ਵਿੱਚ ਇੱਚੇ ਤੌਰ ਤੇ ਧੰਨਵਾਦ, ਬੜੀ ਮਿਹਰਬਾਨੀ। ਹੋ ਬੰਦਾ ਹੋ ਕੇ ਬੰਦਗੀ ਨਾ ਕੀਤੀ ਤੇ ਫਿਰ ਬੰਦਾ ਅਖਵਾਉਣ ਦਾ ਕੀ ਫਾਇਦਾ, ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਹਣੇ ਤੇ ਕੁੱਲੀ ਆਪਣੀ ਢਾਉਣ ਦਾ ਕੀ ਫਾਇਦਾ, ਉਹ ਸਾਧੂ ਹੋ ਕੇ ਜੇ ਮਨ ਨੂੰ ਸਾਧਿਆ ਨਾ ਤੇ ਐਵੇਂ ਜੱਟਾਂ ਵਧਾਉਣ ਦਾ ਕੀ ਫਾਇਦਾ। ਇੱਕ ਰੱਬ ਦੇ ਨਾਂ ਦੀ ਤਾੜੀ ਲਾ ਦਿਓ ਜੀ, ਇਹ ਸੀ ਰੱਬ ਦਾ ਨਾਂ। ਹੁਣ ਪੇਸ਼ ਕਰਨ ਲੱਗਿਆ ਮੇਰਾ ਬਹੁਤ ਹੀ ਪਿਆਰਾ ਵੀਰ ਬਾਈ ਨਿਰਮਲ ਮੱਲੜੀ, ਉਹਨਾਂ ਦੀ ਕਲਮ ਦਾ ਲਿਖਿਆ ਹੋਇਆ ਗੀਤ, ਬੜੀ ਅਟਲ ਸੱਚਾਈ ਹੈ। ਘਰ ਵਾਲੀ ਜਿੰਨਾ ਪਿਆਰ ਮਿਲੇ ਨਾ ਕਦੇ ਮਸ਼ੂਕਾਂ ਤੋਂ, 20% ਬੰਦੇ ਬਾਈ ਜੀ ਸੁਧਰ ਕੇ ਤੇ 80% ਦੀ ਆਦਤ ਹਾਲੇ ਵੀ ਉਹੀ ਹੈ। ਘਰ ਵਾਲੀ ਜਿੰਨੀ ਮਰਜ਼ੀ ਦੇਵੀਆਂ ਦਾ ਰੂਪ ਹੋਵੇ, ਚੰਨ ਦਾ ਟੁਕੜਾ ਹੋਵੇ ਤੇ ਗਵਾਂਢ 'ਚ ਚਾਹੇ ਭਈਆ ਰਾਣੀ ਰਹਿੰਦੀ ਹੋਵੇ, ਉਹਨੂੰ ਵੀ ਅੱਡੀਆਂ ਜਗ ਜਗ ਵੇਖੀ ਜਾਵੇ, ਉੱਧਰ ਕੀ ਆ ਯਾਰ। ਘਰ ਵਾਲੀ ਜਿੰਨਾ ਪਿਆਰ ਮਿਲੇ ਨਾ ਕਦੇ ਮਸ਼ੂਕਾਂ ਤੋਂ, ਹਾਂਜੀ। ਬਾਪੂ ਦਾ ਲੱਕ ਟੁੱਟਦਾ ਪੁੱਤ ਜੇ ਗੱਭਰੂ ਮਰ ਜਾਵੇ, ਭਾਈ ਸਿਰਕੀ ਚੱਕ ਨੂੰ ਭੈਣ ਦੇ ਨੀਵਾਂ ਕਰ ਜਾਵੇ, ਕੀ ਆ ਫੌਜ ਦੇਸ਼ ਨੂੰ ਤਾਰੂ ਜੋ ਡਰ ਜਾਏ ਬੰਦੂਕਾਂ ਤੋਂ, ਘਰ ਵਾਲੀ ਜਿੰਨਾ ਪਿਆਰ ਮਿਲੇ ਨਾ ਕਦੇ ਮਸ਼ੂਕਾਂ ਤੋਂ, ਘਰ ਵਾਲੀ ਜਿੰਨਾ ਪਿਆਰ ਮਿਲੇ ਨਾ ਕਦੇ ਮਸ਼ੂਕਾਂ ਤੋਂ।
ਸੱਜਣਾ ਨੇ ਮਾਨ ਕੀਤਾ, ਨਾਂ ਤਾਂ ਮੈਂ ਪਹਿਲਾਂ ਬੋਲ ਹੀ ਦਿੱਤੇ ਸੀ, ਮੇਰੇ ਬਹੁਤ ਹੀ ਅਜ਼ੀਜ਼ ਬਾਈ ਗੋਗੀ ਜੀ, ਆਈ ਜੀ ਦਫ਼ਤਰ ਬਠਿੰਡਾ, ਉਹਨਾਂ ਵੱਲੋਂ ਬਹੁਤ ਸਾਰਾ ਮਾਨ, ਬਹੁਤ ਸਾਰਾ ਪਿਆਰ, ਬੜੀ ਮਿਹਰਬਾਨੀ। ਸ਼ੁਕਰੀਆ, ਮਿਹਰਬਾਨੀ, ਤਾੜੀ ਮਾਰ ਦਿਓ ਜੇ ਸਮਝ ਆ ਗਈ ਤਾਂ।